ਜਦੋਂ ਦਾ ਆਸਾਮ ਭੇਜਿਆ ਉਦੋਂ ਬਾਅਦ ਆਪਣੀ ਗੱਲ ਹੋਈ ਆ ਘਰੇ? ਨਹੀਂ ਉਂਝ ਨਹੀਂ, ਬਸ ਜਾ ਕੇ ਜਦੋਂ ਉਹਨਾਂ ਲਾਇਆ ਉਦੋਂ ਇੱਕ ਵਾਰੀ ਮਰ ਗਿਆ। ਮੈਂ ਆਖਿਆ ਵੀ ਮੇਰੀ ਪੈਰਵਾਈ ਮਗਰ ਕਰਿਓ ਜੇ ਵੀ ਮੈਨੂੰ ਉਹਨਾਂ ਨੇ ਆਸਾਮ ਚ ਪਹੁੰਚਾਤਾ, ਬਸ ਇੰਨੀ ਉਹਨੇ ਇਹੋ ਗੱਲ ਹੋਈ। ਹੋਰ ਇਹਦੋਂ ਵੱਧ ਕੋਈ ਗੱਲ ਨਹੀਂ, ਬਸ ਦੁੱਧ ਦਹੀਂ ਤੋਂ ਆਦਾ ਗੁਜ਼ਾਰਾ ਕਰਦੇ ਆ। ਉਹ ਵੀ ਅਸੀਂ ਮਾਤੜ ਪੁਣੇ ਨਾਲ ਹੀ, ਜੇ ਅਸੀਂ ਆਖੀਏ ਵੀ ਅਸੀਂ ਬੜਾ ਚੰਗਾ ਖਾਂਦੇ, ਉਹ ਗੱਲ ਸਾਡੀ ਨਹੀਂ ਹੈਗੀ। ਕਿਸੇ ਟਾਈਮ ਤੇ ਸਬਜ਼ੀ ਜੋਗੇ ਪੈਸੇ ਵੀ ਨਹੀਂ ਹੁੰਦੇ ਗੇ, ਆਖੀ ਦਾ ਚੱਲ ਦੁੱਧ ਦੀ ਸਬਜ਼ੀ ਬਣਾ ਕੇ ਅੱਜ ਵੀ ਆਹ ਚਟਨੀ ਕੁੱਟ ਲੈਂਦੇ ਆ। ਵਾਹਿਗੁਰੂ, ਸਤਿ ਸ੍ਰੀ ਅਕਾਲ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। सजा इधर लिया के दिती जावे, पर ओ सजा वाला है नहीं बंदा, बिलकुल अनपोला बंदा है। अच्छा, एक ए भी मंत्री है, अनपढ़ ही अनपढ़, बिलकुल अनपढ़, ओनू ते नंबर भी नहीं लिखना आउंदा गा। जे किसी दा मैसेज उल्ट पुल्ट आ जांदा है, ओनू नहीं पढ़ना आउंदा, ओने किसी तो पढ़ाउणा, अंडो गवंडवा दे चाचे ताए तो, चाचे ताए दे मुंडिया तो, या थल्ले की लिखिया आ गया। बिलकुल अनपढ़, खास कोई ओनू पता उंज नहीं पता लगदा कोई भी। जे ते पढ़िया आउंदा तां असीं आंदे भी जान के बोलदा है भी अनपढ़ बिलकुल भी। अहीं तां सारे सरकारां नूं इहो ही बेनती करदे आं वी साडा बच्चा इधर लिआंदा जावे, इधरों उहदे ते बनदी कारवाई, जे कोई बनदी आ तां नजायज़ धक्का साडे नाल ना होवे, असीं इन्ने योग्य नहीं हैगे। ਤਾਂ ਮਾਤਾ ਜਦੋਂ ਪੁਲਿਸ ਆਈ ਸੀ ਲੈਣ, ਉਦੋਂ ਘਰੇ ਵੀ ਆਏ ਸੀ ਫਿਰ ਪੁਲਿਸ? ਘਰੇ ਪਹਿਲਾਂ ਆਏ ਨੇ, ਤਿੰਨ ਮੁਲਾਜ਼ਮ ਆਏ ਨੇ, ਉਹਨਾਂ ਨੇ ਆਖਿਆ ਵੀ ਅਸੀਂ ਤਲਾਸ਼ੀ ਲੈਣੀ, ਮੰਤਰੀ ਕਿੱਥੇ, ਅਸੀਂ ਤਾਂ ਘਰੇ ਕੋਈ ਨਹੀਂ ਹੈਗਾ। ਅਸੀਂ ਆਖਿਆ ਅੱਜ ਅਸੀਂ ਅੰਦਰ ਉਂਝ ਤਲਾਸ਼ੀ ਨਹੀਂ ਲੈਣ ਦੇਣੀ, ਤੁਸੀਂ ਬਾਹਰੋਂ ਸਰਪੰਚ ਮੈਂਬਰ ਜਿਹੜਾ ਮਰਜ਼ੀ ਲਿਆਓ ਬੰਦਾ, ਤੇ ਅਸੀਂ ਅੱਗੇ ਤੁਹਾਨੂੰ ਤਲਾਸ਼ੀ ਦਿੱਤੀ, ਸਾਡਾ ਲੀੜਾ ਲੱਤਾ ਫੋਲ ਕੇ ਸੁੱਟ ਗਏ ਜੇ, ਤੇ ਤੁਸੀਂ ਬੰਦਾ ਲਾਇਓ, ਅਸੀਂ ਇੱਥੇ ਬਾਹਰ ਖੜਾਂਗੇ, ਤੁਸੀਂ ਤਲਾਸ਼ੀ ਲਓ, ਬੈਠੋ, ਤੁਹਾਨੂੰ ਚਾਹ ਪਾਣੀ ਪਿਆਵਾਂਗੇ। ਉਹਨਾਂ ਆਖਿਆ ਵੀ ਠੀਕ ਆ, ਉਹ ਇੰਨੀ ਆ ਕੇ ਤੋਂ ਚਲੇ ਗਏ ਨੇ, ਉਹ ਸਿੱਧੇ ਮੁੜ ਕੇ ਬਾਅਦ ਚ ਖੇਤਰ ਚਲੇ ਗਏ ਨੇ ਵੀ। ਉਹ ਪਤਾ ਨਹੀਂ ਉਹਦੀ ਟਰੇਸ ਲੱਗੀ ਸੀ, ਸਾਨੂੰ ਨਹੀਂ ਪਤਾ ਵੀ ਕਿਸੇ ਤੋਂ ਪੁੱਛ ਕੇ ਗਏ ਚਲੇ ਨੇ, ਖੇਤਰ ਚਲੇ ਗਏ, ਉੱਥੇ ਜਾ ਕੇ ਫੜ ਲਿਆ ਉਹਨਾਂ। ਸਾਨੂੰ ਤਾਂ ਉੱਥੋਂ ਮੁੰਡੇ ਆਣ ਕੇ ਦੱਸਿਆ ਵੀ ਜਿਹੜੇ ਉਹਦੇ ਨਾਲ ਸੀ ਉਸ ਟਾਈਮ ਤੇ ਮੁੰਡੇ ਖੜੇ ਵੀ ਪੱਠੇ ਵੱਢਣ ਗਏ ਸੀ, ਤੇ ਉਹਨਾਂ ਆਖਿਆ ਵੀ ਅਸੀਂ ਪੱਠੇ ਵੱਢਦੇ ਪੈਸਾ, ਤੇ ਅਸੀਂ ਚਾਨ ਚਾ ਕੀ ਉਹਨੇ ਉੱਠ ਕੇ ਵੇਖਿਆ ਤੇ ਪੁਲਿਸ ਉੱਤੇ ਵੀ ਚਲੀ ਗਈ ਆ, ਤੇ ਥੋੜੀ ਜਿਹੀ ਦੂਰ ਸੀ, ਉਹ ਭੱਜ ਵੀ ਸਕਦਾ ਸੀਗਾ ਪਰ ਉਹ ਭੱਜਿਆ ਨਹੀਂ ਗਾ, ਉਹਨੇ ਲੈਬ ਹੋ ਗਿਆ, ਲੈਬ ਹੋ ਕੇ ਉਹਨੇ ਉਹਨਾਂ ਦੇ ਉਹਨਾਂ ਵੱਲ ਨੂੰ ਆਪ ਹੀ ਆ ਗਿਆ ਵੀ ਚਲੋ ਮੈਨੂੰ ਫੜ ਲਓ ਤੁਸੀਂ ਵੀ ਜੇ ਮੇਰਾ ਕੋਈ ਕਸੂਰ। ਉਹਨੂੰ ਤੇ ਇਹ ਹੈਗਾ ਸੀ ਵੀ ਚੱਲ ਇੱਥੇ ਧਰਮ ਕੋਟਲ ਜਾਣਗੇ ਵੀ ਮੈਂ ਕੋਈ ਕਿਹੜਾ ਇਹੋ ਜਿਹਾ ਜ਼ੁਲਮ ਕੀਤਾ ਵੀ ਧਰਮ ਕੋਟਲ ਚ ਲੈ ਜਾਣਗੇ, ਚੱਲ ਬਾਤੀ ਗੱਲ ਮੈਨੇ ਠਾਣੇ ਚ ਲੈ ਜਾਂਦੇ ਆਪੇ ਵੀ ਮੈਨੂੰ ਛੱਡ ਦੇਣਗੇ ਵੀ ਮੇਰਾ ਜਦੋਂ ਹੈ ਹੀ ਨੀ, ਮੈਂ ਚੋਰ ਨੀ, ਚੋਰ ਦਾ ਭਾਈ ਨੀ ਗਾ। ਤੇ ਉਹਨੂੰ ਇੰਨਾ ਤੇ ਪਤਾ ਹੀ ਨੀ ਸੀ ਵੀ ਮੈਨੂੰ ਇਹਨਾਂ ਨੇ ਏਡੀ ਵੱਡੇ ਸਜ਼ਾ ਦੇ ਵਿੱਚ ਸੁੱਟ ਦੇਣਾ ਸੀ। ਅੱਛਾ, ਮਤਲਬ ਘਰ ਦਾ ਗੁਜ਼ਾਰਾ ਜਿਵੇਂ ਦੱਸਿਆ, ਮਈਆਂ ਮਈਆਂ ਦੁੱਧ ਤੋਂ ਹੀ ਹੁੰਦਾ ਸਾਰਾ, ਦੁੱਧ ਤੋਂ ਸਾਰਾ ਹੁੰਦਾ। ਛੇ ਮਹੀਨੇ ਪਿੱਛੋਂ ਫਸਲ ਆਉਂਦੀ, ਤੁਹਾਨੂੰ ਪਤਾ ਹੀ ਹੈ ਫਸਲਾਂ ਦੇ ਕੀ ਹਾਲ ਹੁੰਦੇ ਪਏ ਨੇ, ਬਸ ਦੁੱਧ ਦਹੀਂ ਤੋਂ ਆਪਦਾ ਗੁਜ਼ਾਰਾ ਕਰਦੇ ਆ। ਉਹ ਵੀ ਅਸੀਂ ਮਾਤੜ ਪੁਣੇ ਨਾਲ ਹੀ, ਜੇ ਅਸੀਂ ਆਖੀਏ ਵੀ ਅਸੀਂ ਬੜਾ ਚੰਗਾ ਖਾਂਦੇ, ਉਹ ਗੱਲ ਸਾਡੀ ਨਹੀਂ ਹੈਗੀ। ਵੀ ਕਿਸੇ ਟਾਈਮ ਤੇ ਸਬਜ਼ੀ ਜੋਗੇ ਪੈਸੇ ਵੀ ਨਹੀਂ ਹੁੰਦੇ ਗੇ, ਆਖੀ ਦਾ ਚੱਲ ਦੁੱਧ ਦੀ ਸਬਜ਼ੀ ਬਣਾ ਕੇ ਅੱਜ ਵੀ ਆਹ ਚਟਨੀ ਕੁੱਟ ਲੈਂਦੇ ਆ। ਤੇ ਉਹ ਗੱਲ ਆ ਵੀ ਹੋਰ ਸਾਡੇ ਕੋਲ ਕੋਈ ਪਾਸਿਓ ਪੈਸੇ ਵਾਲੀ ਗੱਲ ਸਾਡੇ ਕੋਲ ਕੋਈ ਨਹੀਂ ਹੈ। ਇਹ ਵੀ ਜ਼ਿਆਦਾਤਰ ਘਰੇ ਹੀ ਹੁੰਦਾ ਮੰਤਰੀ, ਹੋਰ ਤਾਂ ਕਿਤੇ ਜਿਵੇਂ ਘਰੇ ਹੀ ਹੁੰਦਾ, ਘਰੇ ਕਿਤੇ ਨਹੀਂ ਗਿਆ ਗਾ ਬਿਲਕੁਲ ਵੀ। ਉਦਣ ਵੀ ਸਵੇਰੇ ਇਥੋਂ ਰੋਟੀ ਮੰਗਦਾ ਗਿਆ, ਚਲਾ ਪਿਆ ਮੈਂ ਰੋਟੀ ਖਾਣੀ ਤੇ ਸਿੱਖ ਪਕਾ ਦਿੰਦੇ ਆ, ਅਹ ਚੱਲ ਫਿਰ ਮੈਂ ਤੁਰੇ ਆਵਣਾ, ਉਹ ਪੱਠੇ ਵੱਢਣ ਗਿਆ ਚਲਾ ਤੂੰ ਵੀ ਪੱਠੇ ਵੱਢ ਕੇ ਆਣ ਕੇ ਮੈਂ ਰੋਟੀ ਖਾ ਲਾਂਗਾ। ਉਹ ਉਹਦੇ ਕਰਮਾਂ ਚ ਹੀ ਨਹੀਂ ਹੋਈ ਘਰੇ ਰੋਟੀ, ਹੋਈ ਨਹੀਂ, ਹਾਂ ਨਾ ਕਰਮਾਂ ਚ ਹੀ ਨਹੀਂ ਹੋਈ ਘਰੋਂ ਰੋਟੀ। ਅੱਛਾ, ਜਦੋਂ ਦਾ ਆਸਾਮ ਭੇਜਿਆ ਉਦੋਂ ਬਾਅਦ ਆਪਣੀ ਗੱਲ ਹੋਈ ਆ ਘਰੇ? ਨਹੀਂ ਉਂਝ ਨਹੀਂ, ਬਸ ਜਾ ਕੇ ਜਦੋਂ ਉਹਨਾਂ ਲਾਇਆ ਉਦੋਂ ਇੱਕ ਵਾਰੀ ਮਰ ਗਿਆ। ਮੈਂ ਆਖਿਆ ਵੀ ਮੇਰੀ ਪੈਰਵਾਈ ਮਗਰ ਕਰਿਓ ਜੇ ਵੀ ਮੈਨੂੰ ਉਹਨਾਂ ਨੇ ਆਸਾਮ ਚ ਪਹੁੰਚਾਤਾ, ਬਸ ਇੰਨੀ ਉਹਨੇ ਇਹੋ ਗੱਲ ਹੋਈ, ਹੋਰ ਇਹਦੋਂ ਵੱਧ ਕੋਈ ਗੱਲ ਨਹੀਂ। ਮੰਗ ਆ ਵੀ ਸਾਡੇ ਬੱਚੇ ਨੂੰ ਇੱਧਰ ਲਿਆਂਦਾ ਜਾਵੇ, ਇੱਧਰ ਲਿਆ ਕੇ ਜੇ ਉਹਦੀ ਕੋਈ ਬਣਦੀ ਕਾਰਵਾਈ ਉਹ ਕੀ ਕਰ ਲਓ, ਉਹਦੇ ਪੁੱਛ ਗਿੱਛ ਕਰ ਲਓ ਸਾਰੀ, ਤੇ ਜੇ ਉਹਦੇ ਤੇ ਕੋਈ ਮਾੜੀ ਮੋਟੀ ਹੈ ਆ ਤਾਂ ਉਹ ਇੱਧਰ ਲਿਆ ਕੇ ਉਹਨੂੰ ਰੱਖ ਲਓ ਤੁਸੀਂ, ਤੇ ਨਹੀਂ ਤਾਂ ਉਹਨੂੰ ਘਰੇ ਖਿਲਾ ਦਿਓ। ਜਦੋਂ ਉਹਦਾ ਹੈ ਹੀ ਨੀ ਕੋਈ ਗੱਲ ਉਹੋ ਜਿਹੀ ਹੈ ਹੀ ਨੀ ਉਹਦੀ ਕੋਈ ਵੀ, ਅਸੀਂ ਤੇ ਇਹੋ ਆਨੇ ਵੀ ਅਸੀਂ ਜਿੱਥੇ ਆਖੋਗੇ ਅਸੀਂ ਉੱਥੇ ਗੁਰਦੁਆਰੇ ਵੜਨ ਨੂੰ ਤਿਆਰ ਆ, ਵੀ ਉਹਦੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਯਾਨੀ ਕਿ ਤੁਹਾਨੂੰ ਐਂ ਲੱਗਦਾ ਵੀ ਉਹਦੀ ਕਿਸੇ ਵੀ ਕੰਮ ਚ ਕੋਈ ਸ਼ਮੂਲੀਅਤ ਹੈ ਨਹੀਂ? ਨਹੀਂ ਨਹੀਂ ਹੈ ਨਹੀਂ ਸੀ ਉਹਦੀ ਕੋਈ ਵੀ ਕਿਸੇ ਕੰਮ ਚ ਵੀ।